बिस्मिल्लाहिर्रहमानिर्रहीम। आज बना रहे हैं जी बिरयानी। असी भांडे च पा के तेल ते रख सकदा है चुल्हे ते। हुण पाने जी प्याज। प्याज सारे पा के उन्होंने मिक्स करने हैं, इन्हां नूं फ्राई करां दे हल्का जिहा। ते मैं जिहड़ा लकड़ी दी डोई ज़्यादा इस्तेमाल करना। प्याजां दा रंग थोड़ा चेंज होण डर पिया, ते जिस वेले ये सही फ्राई हो जाने ने ते थोड़े जे प्याज इहदे चों कढ लैणे ने। जिस वेले दम लावांदे ना तो उस टाइम उत्ते पावांगे। ऐ हुण मैं प्याज लेने कढ, प्याज कढ के ते किसी चीज़ बर्तन में रख लैने। जिस वेले दम लावांगे उस वेले इन्हां नूं भी थोड़ा जिहा उत्ते पावांगे। इन्हां दे नाल ही असीं हुण इहदे च पा दिंदे हां जी टमाटर। टमाटर ने जिहड़े तेल दा जिहड़ी फुल गरमियाई हुंदी उहनूं खत्म कर दिंदा। ते हुण इहदे च पावांगे जी असीं गरम मसाला। ਇਹ ਜੀ ਗਰਮ ਮਸਾਲਾ, ਇਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਨੇ ਤੇ ਇਹ ਪਾ ਛੜਿਆ ਸੀ। ਨਾਲ ਇਹ ਸਾਵੀ ਮਿਰਚ ਥੋੜ੍ਹੀ ਜਿਹੀ ਕੱਟ ਕੇ ਪਾਈ ਹੈ, ਦੋ ਸਾਬਤ ਸਟੀਆਂ ਨੇ। ਕਲਰ ਮਾਸ਼ਾਅੱਲਾ ਮਸਾਲੇ ਦਾ ਬਹੁਤ ਹੀ ਅੱਛਾ ਆ ਰਿਹਾ ਜੀ। ਤਾਂ ਦੋਸਤੋ ਅਸੀਂ ਹੁਣ ਨਾਲ ਪਾ ਦਿੱਤੀ ਸਾਵੀ ਮਿਰਚ, ਸਾਬਤ ਵੀ ਲਾਈਟ ਥੋੜ੍ਹੀ ਜਿਹੀ ਫੁੱਲ ਕਰਨੇ ਆ ਤਾਂ ਕਿ ਮਸਾਲਾ ਅੱਛੀ ਤਰ੍ਹਾਂ ਨਜ਼ਰ ਆਵੇ। ਹੁਣ ਬਿਰਿਆਨੀ ਮਸਾਲਾ ਪਾਉਣ ਲਿਆ ਵਿੱਚ, ਬਿਰਿਆਨੀ ਮਸਾਲੇ ਦੀ ਇੱਕ ਡੱਬੀ ਹੈ ਜਿਹੜੀ ਪੂਰੀ ਪਾ ਛੜੀ ਹੈ, ਨਾਲ ਦੂਸਰਾ ਵੀ ਮਸਾਲਾ ਪਾਵਾਂਗੇ ਕਿਉਂਕਿ ਸਾਡੇ ਘਰ ਦੇ ਜਿਹੜੇ ਉਹ ਥੋੜ੍ਹਾ ਜਿਹਾ ਨਾ ਜ਼ਿਆਦਾ ਮਿਰਚਾਂ ਖਾਂਦੇ ਨੇ। ਹਲਦੀ ਪਾਈ ਥੋੜ੍ਹੀ ਜੀ, ਨਾਲ ਹੀ ਪਾਉਂਦੇ ਹਾਂ ਜੀ ਨਮਕ। ਨਮਕ ਦੀਆਂ 3 ਚਮਚਾਂ ਛੋਟੀਆਂ ਜਿਹੜੀ ਚਮਚ ਉਹ, ਅਤੇ ਥੋੜ੍ਹੀ ਜਿਹੀ ਲਾਲ ਮਿਰਚ ਜਿਹੜੀ ਉਹ ਵੀ ਪਾਉਂਦੇ ਹਾਂ ਅਸੀਂ। ਨਾਲ ਚਾਵਲ ਨੇ ਜਿਹੜੇ ਦੂਸਰੇ ਚੁੱਲ੍ਹੇ 'ਤੇ ਬਾਲਣ ਵਾਸਤੇ ਰੱਖੇ ਨੇ ਤਾਂ ਕਿ ਟਾਈਮ ਥੋੜ੍ਹਾ ਜਿਹਾ ਬਚ ਜੇ। ਹੁਣ ਅਸੀਂ ਇਹਦੇ 'ਚ ਪਾਉਂਦੇ ਹਾਂ ਜੀ ਗੋਸ਼ਤ। ਗੋਸ਼ਤ ਪਾ ਕੇ ਉਹਨੂੰ ਅੱਛੀ ਤਰ੍ਹਾਂ ਭੁੰਨਾਂਗੇ, ਦਹੀਂ ਸ਼ਹੀਂ ਲਾ ਕੇ ਅੱਛੇ ਤਰੀਕੇ ਨਾਲ ਗੋਸ਼ਤ ਭੁੰਨਾਂਗੇ। ਆਲੂ ਵੀ ਪਾਉਣੇ ਨੇ ਵਿੱਚ, ਲੇਕਿਨ ਆਲੂ ਥੋੜ੍ਹਾ ਜ਼ਿਆਦਾ ਜਲਦੀ ਗਲ ਜਾਂਦੇ ਨੇ, ਉਹਨੂੰ ਬਾਅਦ ਵਿੱਚ ਪਾਉਂਦੇ ਹਾਂ। ਗੋਸ਼ਤ ਨੂੰ ਮਿਕਸ ਕਰਕੇ ਅੱਛੀ ਤਰ੍ਹਾਂ, ਅਤੇ ਇਹਨੂੰ ਅੱਗ ਜਿਹੜੀ ਉਹ ਮੀਡੀਅਮ ਜਿਹੀ ਰੱਖਣੀ ਹੈ, ਜ਼ਿਆਦਾ ਅੱਗ 'ਤੇ ਨਹੀਂ ਕਿਉਂਕਿ ਫਿਰ ਥੱਲੇ ਲੱਗਦਾ ਸਾਲਣ। ਮਾਸ਼ਾਅੱਲਾ ਸਾਲਣ ਸਾਡਾ ਕੌਰਮਾ ਬਹੁਤ ਅੱਛਾ ਭੁੰਨ ਰਿਹਾ, ਬਹੁਤ ਸੋਹਣੀ ਸਮੈਲ ਆ ਰਹੀ ਹੈ ਉਹ 'ਚ। ਅਤੇ ਹੁਣ ਇਹਦੇ 'ਚ ਪਾਉਂਦੇ ਹਾਂ ਜੀ ਆਲੂ। ਆਲੂ ਪਾ ਕੇ ਅਤੇ ਉਹ ਵੀ ਵਿੱਚ ਗਾਲਾਂਗੇ। ਆਲੂ ਵੀ ਸਾਡੇ ਤਿਆਰ ਹੋ ਗਏ ਨੇ, ਹੁਣ ਪਾਉਂਦੇ ਹਾਂ ਥੋੜ੍ਹੀ ਜਿਹੀ ਦਹੀਂ। ਦਹੀਂ ਪਾ ਕੇ ਅਤੇ ਫਿਰ ਭੁੰਨਾਂਗੇ। ਦਹੀਂ ਵੀ ਖਤਮ ਕਰਨੀ ਹੈ, ਦਹੀਂ ਨੂੰ ਥੋੜ੍ਹਾ ਫੈਂਟ ਲਈਏ ਤਾਂ ਫਿਰ ਸਹੀ ਹੋ ਜਾਂਦੀ ਹੈ ਜੀ। ਦੋਸਤੋ ਅਸੀਂ ਹੁਣ ਲਾਇਆ ਦੇ ਨੂੰ ਪਾਣੀ ਤਾਂ ਕਿ ਗੋਸ਼ਤ ਜਿਹੜਾ ਉਹ ਅੱਛੇ ਤਰੀਕੇ ਨਾਲ ਗਲ ਜੇ। ਸਾਡਾ ਕੌਰਮਾ ਤਿਆਰ ਹੋ ਗਿਆ, ਅਸੀਂ ਹੁਣ ਬਿਰਿਆਨੀ ਨੂੰ ਤਹਿਵਾਂ ਲਾਉਂਦੇ ਹਾਂ। ਤਹਿਵਾਂ ਲਾ ਕੇ ਅਤੇ ਇਹਨੂੰ ਲਾਵਾਂਗੇ ਦਮ। ਪਹਿਲੇ ਥੱਲੇ ਸਾਲਣ ਪਾਇਆ, ਫਿਰ ਉੱਤੇ ਚਾਵਲ ਪਾ ਕੇ, ਫਿਰ ਸਾਲਣ ਪਾਇਆ, ਫਿਰ ਉੱਤੇ ਚਾਵਲ ਪਾ ਕੇ ਤਹਿਵਾਂ ਲਾਉਣੀਆਂ ਨੇ। 2 ਜਾਂ 3 ਤਹਿਵਾਂ ਜਿਹੜੀਆਂ ਨੇ ਪਤੀਲੇ 'ਚ ਲੱਗ ਜਾਂਦੀਆਂ। ਸਾਡੇ ਚਾਵਲ ਤਕਰੀਬਨ 2 ਕਿਲੋ ਆਏ ਅਤੇ ਗੋਸ਼ਤ ਵੀ 2 ਕਿਲੋ ਅਸੀਂ ਪਾਇਆ। ਮਾਸ਼ਾਅੱਲਾ ਕੌਰਮੇ ਦੀ ਬਹੁਤ ਹੀ ਜ਼ਿਆਦਾ ਜਿਹੜੀ ਖੁਸ਼ਬੂ ਆ ਰਹੀ ਹੈ। ਤਹਿਵਾਂ ਸਾਡੀਆਂ ਤਕਰੀਬਨ 4 ਲੱਗ ਗਈਆਂ ਨੇ। ਆਲੂ ਵੀ ਵਿੱਚ ਇੱਕ ਇੱਕ ਰੱਖੀ ਆ ਰਿਹਾ, ਬੋਟੀਆਂ ਵੀ ਰੱਖੀਆਂ, ਜਿਹੜਾ ਵਿੱਚ ਗਰੇਵੀ ਉਹ ਵੀ ਚਾਵਲਾਂ ਦੇ ਵਿੱਚ ਹੀ ਰੱਖੀ ਜਾ ਰਿਹਾ। ਸਾਡੇ ਚਾਵਲ ਅਤੇ ਕੌਰਮਾ ਜਿਹੜਾ ਫੁੱਲ ਅਸੀਂ ਸਾਰੀਆਂ ਤਹਿਵਾਂ ਲਾ ਛੜੀਆਂ ਨੇ। ਜਿਹੜੇ ਪਿਆਜ਼ ਪਹਿਲੇ ਫਰਾਈ ਹੋਏ ਕੱਢੇ ਨੇ ਉਹ ਪਿਆਜ਼ ਉੱਤੇ ਲਾਉਂਦੇ ਹਾਂ, ਨਾਲ ਹੀ ਅਸੀਂ ਉੱਤੇ ਜਿਹੜਾ ਨਿੰਬੂ ਕੱਟੇ ਆ ਉਹ ਵੀ ਨਾਲ ਪਾਉਂਦੇ ਹਾਂ। ਉੱਤੇ ਪਾਉਂਦੇ ਹਾਂ ਅਸੀਂ ਜੀ ਚਾਟ ਮਸਾਲਾ, ਨਾਲ ਹੀ ਪਾਉਂਦੇ ਹਾਂ ਜੀ ਕਲਰ। ਕਲਰ ਜਿਹੜਾ ਉਹ ਥੋੜ੍ਹਾ ਜਿਹਾ ਪਾਣੀ ਸਾਡਾ ਜ਼ਿਆਦਾ ਹੋ ਗਿਆ ਸੀ, 2-3 ਜਗ੍ਹਾ 'ਤੇ ਕਲਰ ਜਿਹੜਾ ਉਹ ਜ਼ਿਆਦਾ ਪਾ ਛੜਿਆ। ਮਾਸ਼ਾਅੱਲਾ ਜੀ ਅਲਹਮਦੁਲਿਲਾ ਸਾਡੀ ਬਿਰਿਆਨੀ ਹੋ ਗਈ ਤਿਆਰ। ਅਲਹਮਦੁਲਿਲਾ।